ਹੇ ਕਿਦਾਂ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਰਨ ਔਜਲਾ ਬਾਈ ਦੀ ਮੇਕਿੰਗ ਮੈਮਰੀਜ਼ ਐਲਬਮ ਜੋ ਕਿ ਕੱਲ ਰਾਤ ਦੀ ਸਪੋਟੀਫਾਈ ਆਲ 뮤직 ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਤੇ ਆਪਾਂ ਕਰਾਂਗੇ ਪੂਰੀ ਐਲਬਮ ਦਾ ਰਿਵਿਊ ਲਿਰਿਕਸ ਦਾ ਬ੍ਰੇਕਡਾਊਨ ਤੇ 뮤직 ਦੀ ਜੌਨਰਾ ਤੇ ਗਾਣੇ ਦੀ ਕੰਪੋਜੀਸ਼ਨ ਤੇ 뮤직 ਕਿੰਦੇ ਕਿੰਦੇ ਤੋਂ ਕਾਪੀ ਹੈ ਉਹਦੇ ਬਾਰੇ ਤੇ ਸਭ ਨਾਲ ਪਹਿਲੇ ਗੱਲ ਕਰ ਲੈਨੇ ਕਰਨ ਔਜਲਾ ਦੀ ਐਲਬਮ ਦੇ ਇੰਟਰੋ ਦਾ ਟਾਈਟਲ ਹੈ ਜੀ ਗਰਲ ਆਈ ਲਵ ਯੂ ਇਹਨੇ ਚ ਆਈ ਥਿੰਕ ਯਾਰਾ ਬ੍ਰੈਵੋ ਦੀ ਆਵਾਜ਼ ਲੱਗੀ ਹੋਈ ਹੈ ਸੈਂਟੀ ਜਿਹਾ 뮤직 ਹੈ ਤੇ ਬੰਦੇ ਨੂੰ ਲੋ ਜੀ ਵਾਈਬ ਦਿੰਦਾ ਹੈ गर्ल आई लव यू इंट्रो दी ते वट गाने दी इक्की ने जिहड़ी बीट ट्रांजिशन कीती है ओ बहुत ही सिक ते बहुत ही लेवल बल्कि अनदर लेवल दी कीती है एड्स ऑफ टू इक्की फिर आ जाते जी वट गाना ते वट गाने की बीट इंज लगती जिवें जैरी दे कन्फेस सोंग की बीट दे सैंपल्स नूं थोड़ा जिहा फ्लिप कीता होवे ते किते ना किते गाने थोड़े जिहे सिमिलर साउंड करते ने ਗਾਣੇ ਦੇ ਲਿਰਿਕਸ ਐਰੋਗੈਂਟ ਕੁੜੀ ਦੇ ਹੁਸਨ ਤੇ ਲਿਖੇ ਗਏ ਨੇ ਔਜਲਾ ਬਾਈ ਕਹਿੰਦਾ ਦੂਰੋਂ ਤੁਰੀ ਆਵੇ ਅੱਖ ਨਾ ਮਿਲਾਵੇ ਚੁੰਨੀ ਰੱਖੀ ਸਿਰ ਤੇ ਕੁੜੀ ਕਰਦੀ ਨਾ ਦਾਵੇ ਚੁੰਨੀ ਰੱਖੇ ਸਿਰ ਤੇ ਕਰਦੀ ਨਹੀਂ ਦਾਵੇ ਛੇਤੀ ਕੁੜੀ ਅੱਖ ਨਾ ਮਿਲਾ 5 ਫੁੱਟ 8 ਇੰਚ ਕੱਦ ਤੇ ਹੀਲ ਵੀ ਨਾ ਪਾਵੇ 5 ਫੁੱਟ 8 ਦੀ ਹੀਲ ਵੀ ਨਾ ਪਾਵੇ ਆ ਬਾਤ ਹੈ ਮਿਆਰੀ ਇਹੋ ਜੀ ਹੁਸਨ ਦੀ ਤਾਰੀਫ ਔਜਲਾ ਬਾਈ ਕਰ ਸਕਦਾ ਮਤਲਬ ਕਿਆ ਇਹ ਗੱਲਾਂ ਘੁਮਾਈਆਂ ਜਾ ਰਹੀਆਂ ਨੇ ਕੁੜੀ ਨੂੰ ਐਰੋਗੈਂਟ ਵੀ ਦੱਸ ਰਿਹਾ ਤੇ ਨਾਲ ਨਾਲ ਉਹਦੀ ਤਾਰੀਫ ਵੀ ਕਰ ਰਿਹਾ ਕਰਦੀ ਨਹੀਂ ਦਾਵੇ ਛੇਤੀ ਗੁੜੀ ਅੱਖ ਨਾ ਮਿਲਾਵੇ ਉਸ ਤੋਂ ਬਾਅਦ ਟਰੈਕ ਆ ਜਾਂਦੀ ਜੀ ਨਹੀਂ ਲੱਗਦਾ 뮤직 ਕਾਈਂਡ ਆਫ ਸਿੰਥ ਵੇਵ ਹੈਗੀ ਲਿਰਿਕਸ ਲਿਖੇ ਗਏ ਨੇ ਕੁੜੀ ਦੇ ਨਵੇਂ ਨਵੇਂ ਹੋਏ ਇਸ਼ਕ ਦੇ ਜਿਹਦਾ ਕਿ ਕੱਲਿਆਂ ਜੀ ਨਹੀਂ ਲੱਗਦਾ ਜਦੋਂ ਦਾ ਉਹਨੇ ਔਜਲੇ ਨਾਲ ਜੀ ਲਾਇਆ ਤਨਦੀ ਮਿਲੀ ਜੱਟ ਨੂੰ ਵੀ ਕਹਿੰਦੀ ਜੀ ਨਹੀਂਓ ਲੱਗਦਾ ਜੀ ਨਹੀਂਓ ਲੱਗਦਾ ਫਿਰ ਗਾਣੇ ਦੇ ਵਿੱਚ ਇਹ ਲਾਈਨ ਆ ਦੀ ਜੀ ਨਹੀਂ ਇਹ ਲਾਈਨ ਇੰਜ ਸਾਊਂਡ ਕਰਦੀ ਜਿਵੇਂ ਪੁਰਾਣੇ ਗਾਣਿਆਂ 'ਚ ਪਿੱਚ ਨੂੰ ਥੋੜਾ ਜਿਹਾ ਹਾਈ ਕਰਕੇ ਇੱਕ ਸਾਊਂਡ ਇਫੈਕਟ ਬਣਾਇਆ ਜਾਂਦਾ ਸੀ ਜਿੰਦੀ ਕਿ ਬੈਸਟ ਐਗਜ਼ਾਮਪਲ ਹੈਗੀ ਸੁੱਖੀ ਤੇ ਬੋਹੀਮੀਆ ਦਾ ਜੈਗਵਾਰ ਗਾਣਾ ਉਹ ਗਾਣੇ ਦੀ ਇਹ ਲਾਈਨ ਨਹੀਂ ਕਰਨੀ ਨਹੀਂ ਕਰਨੀ ਤੇ ਮੇਵੇਂ ਦਾ ਇਫੈਕਟ ਸਾਊਂਡ ਕਰਾਉਂਦੀ ਫਿਰ ਉਹਦੇ ਬਾਈ ਦਾ ਇਹ ਜਗ੍ਹਾ ਤੇ ਆ ਕੇ ਫਲੋ ਬਹੁਤ ਹੀ ਘੈਂਟ ਹੋ ਜਾਂਦਾ ਯਾਰ ਕਹਿੰਦੀ ਕਿੱਥੇ ਆ ਫੋਨ ਚੱਕੋ ਚੱਕੋ ਜੀ ਇਹ ਵੀ ਮੇਰੇ ਲਈ ਵੀ ਥੋੜਾ ਟਾਈਮ ਰੱਖੋ ਬਾਅਦ ਆ ਜਾਂਦੀ ਟਰੈਕ ਚੈਂਪੀਅਨਸ ਐਂਥਮ ਲਿਰਿਕਸ ਨੇ ਲਿਖੇ ਗਏ ਚੈਂਪੀਅਨਸ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਮੁਕਾਮ ਹਾਸਲ ਕਰ ਲਿਆ ਐਨਰਜੈਟਿਕ ਜਿਹੀ ਟਰੈਕ ਹੈ ਤੇ ਮੋਸਟ ਜੀ ਲੋਕਾਂ ਦੀ ਐਲਬਮ ਵਿੱਚ ਮੋਸਟ ਫੇਵਰੇਟ ਟਰੈਕ ਹੋਣ ਜਾਏਗੀ ਇਹ ਲੋਕੀ ਆਕੜੀ ਨਾ ਚੱਲਦੇ ਮੈਂ ਮੜਕ ਨਾ ਚੱਲਾਂ ਫਿਰ ਔਜਲਾ ਬਾਈ ਕਹਿੰਦਾ ਅਜੀ ਨਵੀਂ ਮੈਂ ਬਣਾਈ ਕਿਊਬਾ 'ਚ ਕੋਠੀ ਦੇਖੀ ਸੋਹਣੀਆਂ ਚੁਬਾਰੇ 'ਚ ਪਾਣੀ ਦੀਆਂ ਛਲਾਂ ਤੇ ਕਿਊਬਾ ਇੱਕ ਨਾਰਥ ਅਮਰੀਕਾ ਕੰਟੀਨੈਂਟ ਦੀ ਕੰਟਰੀ ਹੈ ਜੋ ਕਿ ਕੈਰੇਬੀਅਨ ਸੀ ਦੇ ਬਿਲਕੁਲ ਨਾਲ ਪੈਂਦੀ ਹੈ ਉਹ ਕੈਰੇਬੀਅਨ ਸੀ ਦੇ ਪਾਣੀ ਦੇ ਛਲਾਂ ਦੀ ਗੱਲ ਹੋ ਰਹੀ ਔਜਲਾ ਬਾਈ ਸਰੀ ਬੀਸੀ 'ਚ ਮੂਵ ਕਰਕੇ ਕਿਊਬਾ ਚਲੇ ਗਏ ਨੇ ਬਾਏ ਦਾ ਬਾਈ ਮੈਂ ਕੈਨੇਡਾ ਤੋਂ ਮੂਵ ਹੋ ਰਿਹਾ ਮੱਲੀ ਆਫੀਸ਼ੀਅਲੀ ਲਿਵਿੰਗ ਕੈਨੇਡਾ ਫਿਰ ਉਹ ਤੋਂ ਬਾਅਦ ਗਾਣੇ ਦੀ ਲੈਣ ਆਉਂਦੀ ਜਿਹਦੇ 'ਚ ਔਜਲਾ ਬਾਈ ਆਦੀ ਰੋਲੀਆਂ ਨੂੰ ਫਲੈਕਸ ਕਰ ਰਿਹਾ ਹੈ ਔਜਲਾ ਬਾਈ ਕਹਿੰਦੇ ਨੇ ਕਿ 5-7 ਏਕੜ ਤੱਕ ਘੜੀਆਂ ਤੇ ਲਾਤੇ ਨੇ 5-7 ਏਕੜ ਤੱਕ ਘੜੀਆਂ ਤੇ ਲਾਤੇ ਅੱਗੇ ਗਰਮੀਆਂ ਆ ਰਹੀਆਂ 26 ਇੰਚ ਦੇ ਰਿਮ ਪਵਾ ਲਏ ਨੇ ਤੇ V12 ਦਾ ਇੰਜਣ ਵੀ ਉਬਾਲੇ ਮਾਰਦਾ 26 ਇੰਚ ਪਾਲੇ V12 ਦਾ ਇੰਜਣ ਦੇਖ ਮਾਰਦਾ ਸਨਸੈਟ ਤੇ ਟਕੀਲਾ ਪੀਵਾਂਗੇ ਤੇ ਸਨਰਾਈਜ਼ 'ਚ ਯਾਟ ਸਮੁੰਦਰ ਦੇ ਵਿਚਾਲੇ ਉਡੀਕਦਾ ਸੈੱਟ ਤੇ ਪੀਵਾਂਗੇ ਨੀ ਟਕੀਲਾ ਯਾਟ ਨੀ ਸਮੁੰਦਰ ਵਿਚਾਲੇ ਔਜਲਾ ਬਾਈ ਜਸਮਾਨਾ ਕਾਲੇ ਲਹਿੰਗੇ ਦੀ ਗੱਲ ਕਰਦਾ ਕਿ ਤੂੰ ਹਲੇ 3 ਲੱਖ ਵਾਲੇ ਲਹਿੰਗੇ ਦੇ ਦਿਵਾਲੇ ਹੈਗੀ ਐ ਤੇ ਮੈਂ ਪੌਣੇ 3 ਲੱਖ ਦੇ ਕੁੜਤੇ ਸਵਾ ਲੈਣ ਪੀਵਾ ਉਹੀ ਲਹਿੰਗੇ ਦੇ ਦਿਵਾਲੇ 3 ਲੱਖ ਦੇ ਤਾਂ ਕੁੜਤੇ ਸਵਾਲੇ ਫਿਰ ਆ ਜਾਂਦੀ ਜੀ ਸੌਫਟਲੀ ਟਰੈਕ ਇਹ ਗਾਣੇ ਦਾ 뮤직 ਇਲੈਕਟ੍ਰੋਨਿਕ ਬੀਟ ਤੇ ਸਿੰਥ ਵੇਵ ਦਾ ਮਿਕਸਚਰ ਟੈਪ ਲੱਗਦਾ ਤੇ ਜਿੱਥੋਂ ਬੀਟ ਡ੍ਰੌਪ ਹੁੰਦੀ ਹਲਕਾ ਹਲਕਾ ਲੱਗਦਾ ਹਾਰਦੀ ਸੰਧੂ ਦੇ ਬਿਜਲੀ ਬਿਜਲੀ ਗਾਣੇ ਦੇ ਵਾਂਗ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਲਾ ਓ ਸਿੰਡਰੇਲਾ ਤੇਰੇ ਉੱਤੇ ਆਇਆ ਲਿਰਿਕਸ ਉਹ ਕੁੜੀ ਦੀ ਸਿਚੁਏਸ਼ਨ ਤੇ ਲਿਖੇ ਗਏ ਨੇ ਜਿਹਨੂੰ ਆਦੇ ਯਾਰ ਦੇ ਨਾਲ ਮੈਚਿੰਗ ਕਰਨ ਦਾ ਸ਼ੌਕ ਹੈਗਾ ਤਾਂ ਹੀ ਉਹ ਕਹਿੰਦੀ ਕਿ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਫਿਰ ਆ ਜਾਂਦੀ ਜੀ ਯੂ ਟਰੈਕ ਇਹਨੂੰ ਆਪਾਂ ਕਾਈਂਡ ਆਫ ਸੈਡ ਸੌਂਗ ਕਹਿ ਸਕਨੇ ਆ ਐਲਬਮ ਦਾ ਪਰ ਇਹ ਐਸਾ ਸੈਡ ਸੌਂਗ ਹੈ ਜਿੰਦਾ 뮤직 ਟਰੈਕ ਹਿਪ ਹੌਪ ਵਰਗੀ ਵਾਈਬ ਦਿੰਦਾ ਹੈ ਇਹਦੀ ਕੰਪੋਜੀਸ਼ਨ ਜਿੱਤੋਂ ਔਜਲਾ ਬਾਈ ਕਹਿੰਦਾ ਕੈਟ ਯਾਰ ਕਮਾਲ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਹੁੱਕ ਪਾਰਟ ਤੋਂ ਬਾਅਦ ਰੈਪ ਆਉਂਦਾ ਜਦੋਂ ਕਰਦੀ ਦੁਆ ਤੇਰਾ ਨਾਂ ਸੱਚ ਦੱਸਾਂ ਮੈਨੂੰ ਤਾਂ ਫਰਿਆ ਕਿਆ ਲਿਖ ਛੱਡਾ ਤੇ ਕੀ ਕੰਪੋਜ਼ ਕਰ ਛੱਡਾ ਔਜਲੇ ਬਾਈ ਨੇ ਫਿਰ ਬਾਈ ਕਹਿੰਦਾ ਕਿ ਲੱਗਦਾ ਤੂੰ ਆ ਗਿਆ ਜਦ ਵੀ ਬੋਲੇ ਕਾਂ ਲੱਗਦਾ ਆ ਗਿਆ ਤੂੰ ਜਦ ਵੀ ਬੋਲੇ ਕਾਂ ਐਂਡ ਕਰਾਇਆ ਹੋਇਆ ਇਸ ਗਾਣੇ 'ਚ
फिर आ जाती जी एल्बम की एंड वाली ट्रैक बचके बचके, एक काइंड ऑफ कमर्शियल ट्रैक है जिंदे यारा ब्रावो की फीचरिंग है, उनके फीमेल वोकल्स आपां नूं गाने दे स्टार्ट ते ते एंड ते सुनन नूं मिलदे ने, म्यूजिक वाइब इनकी बिल्कुल बूम बैप बीट वर्गी हैगी, लिरिक्स लिखे गए ने किसी नूं वार्निंग देण वाले कि साडे नाल प्यार ना पा, साडे रस्ते बहुत खतरनाक ने, साडे तों जरा बच के बच के, फिर ओजला बाई उहदी क्या राइमिंग करदे ने कि तू महंगी है ते असीं बिजो सस्ते सस्ते, फिर ओजला बाई इक लाइन गाउंदा है जिहनूं कि काफी फैंस कह रहे ने सिद्धू बाई की याद च लिखी गई ਹੱਥ ਮਿਲਦੀ ਨਾ ਜਿੱਥੇ ਕਿੱਥੇ ਹੱਥ ਮਿਲਦੇ ਜਿੱਥੇ ਮੱਤ ਮਿਲਦੀ ਨੀ ਹੱਥ ਵੀ ਮਿਲਾਉਂਦਾ ਨੀ ਹੈਗੀ ਸੀ ਪੂਰੀ ਐਲਬਮ। ਐਲਬਮ ਵਿੱਚ ਕਾਫੀ ਐਕਸਪੈਰੀਮੈਂਟਸ ਕੀਤੇ ਗਏ ਸੀ, ਡਿਫਰੈਂਟ ਕਾਈਂਡ ਆਫ ਮਿਊਜ਼ਿਕ ਹਰ ਗਾਣੇ 'ਚ ਆਪਾਂ ਨੂੰ ਸੁਣਨ ਨੂੰ ਮਿਲਿਆ, ਗਾਣਿਆਂ ਦੀ ਥੋੜ੍ਹੀ ਜਿਹੀ ਕੰਪੋਜੀਸ਼ਨਾਂ ਅਤੇ ਸੈਂਪਲਸ ਫਲਿਪ ਕੀਤੇ ਗਏ ਨੇ ਜੋ ਕਿ ਪਰਸਨਲ ਥੋਟ ਹੈ, ਇਹਨੂੰ ਸੀਰੀਅਸ ਨਾ ਲਿਆ ਜੇ, ਲੋਕ ਕਮੈਂਟਾਂ 'ਚ ਹੇਟ ਵੀ ਤਾਂ ਬੜੀ ਜਲਦੀ ਪਿਲਾ ਦਿੰਦੇ ਨੇ। ਐਡਮਾਇਰਿੰਗ ਯੂਥ ਟ੍ਰਾਈ ਮੀ ਦੀ ਆਫੀਸ਼ੀਅਲ ਵੀਡੀਓ ਦਾ ਰਿਵਿਊ ਆ ਚੁੱਕਾ ਹੈ, ਵਿਊ ਤੁਹਾਨੂੰ ਉੱਤੇ ਆਈ ਬਟਨ 'ਤੇ ਨਜ਼ਰ ਆ ਰਹੇ ਹੋਣੇ, ਜਾ ਕੇ ਵੇਖ ਸਕਦੇ ਜੇ। ਬਾਕੀ ਕਈ ਬੰਦਿਆਂ ਨੂੰ ਇਹ ਐਲਬਮ ਐਵਰੇਜ ਲੱਗ ਰਹੀ ਹੈ, ਕਈਆਂ ਨੂੰ ਬਹੁਤ ਹੀ ਹਾਈ ਐਂਡ ਲੱਗ ਰਹੀ ਹੈ, ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਐਲਬਮ ਬਹੁਤ ਹੀ ਹਾਈ ਐਂਡ ਹੈ, ਲੋਕਾਂ ਨੂੰ ਹੌਲੀ ਹੌਲੀ ਅਡਿਕਟਿਵਨੈਸ ਤੇ ਲਿਆਵੇਗੀ, ਜਿਵੇਂ ਸ਼ੁਭ ਦੀ ਸਟਿਲ ਰੋਲਿੰਗ ਐਲਬਮ ਸ਼ੁਰੂ ਤੇ ਮਿਡ ਸਾਊਂਡ ਕਰ ਰਹੀ ਸੀ ਤੇ ਹੁਣ ਹਰ ਪਾਸੇ ਟ੍ਰੈਂਡਿੰਗ ਤੇ ਹੈ, ਉਵੇਂ ਸੇਮ ਇਹ ਐਲਬਮ ਨਾਲ ਵੀ ਉਹ ਫੈਨਸ ਨਾਲ ਹੋਏਗਾ ਜਿਹੜੇ ਇਹਨੂੰ ਮਿਡ ਕਹਿ ਰਹੇ ਨੇ। ਤੁਹਾਡੀ ਕੀ ਰਾਏ ਥੱਲੇ ਕਮੈਂਟਸ 'ਚ ਦੱਸ ਸਕਦੇ ਜੇ, ਤੇ ਮੈਨੂੰ ਇੰਸਟਾ ਤੇ ਫਾਲੋ ਕਰ ਸਕਦੇ ਜੇ, ਲਿੰਕ ਡਿਸਕ੍ਰਿਪਸ਼ਨ 'ਚ ਹੈ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ, ਤਦ ਤੱਕ ਲਵ ਯੂ ਗਾਇਜ਼।